ਚਨਪ੍ਰਦੀਪ ਸਿੰਘ ਰੇੜੀ ਦੇ ਸਤਿਕਾਰ ਸਰੋਤੇ ਤਾਰਾਂ ਜੁੜ ਚੁੱਕੀਆਂ ਨੇ ਮੋਗਾ ਦੇ ਨਾਲ। ਮੋਗਾ ਤੋਂ ਡਾਕਟਰ ਅਮਰੀਕ ਸਿੰਘ ਕੰਡਾ ਕੰਡੇ ਦਾ ਕੰਡਾ ਲੈ ਕੇ ਹਾਜ਼ਰ ਨੇ। ਕੰਡਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹੈ ਜੀ ਕੰਡਾ ਅੱਜ? ਅੱਜ ਕੰਡੇ ਦਾ ਕੰਡਾ ਜੀ ਬੰਡਲ ਆਫ ਥੈਂਕਸ। ਆਉਣ ਦਿਓ। ਜੰਗਲ ਦੇ ਸ਼ੇਰ ਤੇ ਬੱਬਰ ਸ਼ੇਰ ਨੂੰ ਆਪਣੀ ਜਾਨ ਦਾ ਖਤਰਾ ਹੋ ਗਿਆ। ਇਸ ਲਈ ਉਹਨਾਂ ਨੇ ਲੂੰਬੜ ਨੂੰ ਕਿਹਾ, ਸਾਡੀ ਸੁਰੱਖਿਆ ਵਧਾ ਦਿੱਤੀ ਜਾਵੇ, ਵੱਧ ਤੋਂ ਵੱਧ ਬਾਂਦਰ ਲਾਏ ਜਾਣ, ਸਾਡੀਆਂ ਗੱਡੀਆਂ ਬੁਲਟ ਪਰੂਫ ਹੋਣੀਆਂ ਚਾਹੀਦੀਆਂ ਨੇ, ਤੇ ਉਹ ਵੀ BMW ਜੀ। ਤਾਂ ਲੂੰਬੜ ਨੇ ਕਿਹਾ, ਸਰ ਇਹ ਕਾਰਾਂ ਤਾਂ ਕਰੋੜਾਂ ਰੁਪਏ ਦੀਆਂ ਆਉਣਗੀਆਂ, ਸਰ ਖਜ਼ਾਨਾ ਤਾਂ ਖਾਲੀ ਹੈ। ਤਾਂ ਅੱਗੋ ਸ਼ੇਰ ਨੇ ਕਿਹਾ, ਵੱਡੇ ਜੰਗਲ ਤੋਂ ਕਰਜ਼ਾ ਲਿਆ, ਕਿਹੜੇ ਕੰਮ ਕਿਹੜੇ ਵੇਲੇ ਕੰਮ ਆਉਣਾ ਜੀ? ਸਰ ਆਪਾਂ ਜਿਹੜਾ ਕਰਜ਼ਾ ਵੱਡੇ ਜੰਗਲ ਤੋਂ ਲਿਆ ਹੈ, ਉਹਦੀ ਕੋਈ ਕਿਸ਼ਤ ਨੀ ਮੋੜੀ, ਤੇ ਸਰ ਨਾਲੇ ਆਪਾਂ ਜੰਗਲ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਕਰਜ਼ਾ ਲਿਆ ਸੀ, ਉਹਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀਆਂ ਜੀ। ਉਹ ਸਾਰੇ ਪਹਿਲਾਂ ਹੀ ਅੱਕੇ ਹੋਏ ਨੇ, ਉੱਪਰੋਂ ਇਹ ਗੱਲ ਮੀਡੀਆ ਚਲੀ ਜਾਣੀ ਹੈ ਸਰ, ਲੂੰਬੜ ਨੇ ਵਿਸਤਾਰ ਪੂਰਵਕ ਦੱਸਿਆ। ਤੁਸੀਂ ਇਹ ਸਾਰਾ ਕੰਮ ਸਰਕਾਰੀ ਤਰੀਕੇ ਨਾਲ ਪਾਸ ਕਰਦੇ ਹੋ, ਗੱਡੀਆਂ ਤਾਂ ਆਉਣੀਆਂ ਹੀ ਚਾਹੀਦੀਆਂ ਨੇ, ਜੇ ਹੁਣ ਨਾ ਲਈਆਂ ਤਾਂ ਕਦੋਂ ਲਵਾਂਗੇ, ਹੁਣ ਤਾਂ ਆਪਣਾ ਰਾਜ ਹੈ ਜੀ। ਪਰ ਸਾਰੇ ਐਮਾਜ਼ਨ ਜੰਗਲ ਚ ਕਿਸੇ ਵੀ ਜੰਗਲ ਦੇ ਰਾਜ ਕੋਲ ਇਹ ਗੱਡੀਆਂ ਨਹੀਂ ਨੇ ਜੀ, ਲੂੰਬੜ ਨੇ ਕਿਹਾ। ਸਾਡੇ ਵੱਲੋਂ ਤੈਨੂੰ ਹਰੀ ਝੰਡੀ ਹੈ, ਤੁਸੀਂ ਇੱਕ ਕਮੇਟੀ ਬਣਾਓ ਤੇ ਇਹ ਪਾਸ ਕਰੋ, ਮੀਟਿੰਗ ਕਰੋ ਤੇ ਗੱਡੀਆਂ ਮੰਗਵਾਓ। ਤੂੰ ਕਰਜ਼ੇ ਦੀ ਕਿਸ਼ਤਾਂ ਦੀ ਪਰਵਾਹ ਨਾ ਕਰ, ਹਾਂ ਨਾਲੇ ਤਨਖਾਹ ਦਾ ਕੀ ਹੈ, ਇਹ ਕਮਲੀ ਜਨਤਾ 5 ਸਾਲ ਬਾਅਦ ਕੰਮ ਆਉਣੀ ਹੈ ਜੀ, ਬਾਕੀ ਤੂੰ ਮੀਡੀਆ ਦੀ ਪਰਵਾਹ ਨਾ ਕਰ, ਆਪਣੇ ਕੋਲ ਆਪਣਾ ਮੀਡੀਆ, ਗੋਡੇ ਤੇ ਰਿੜ ਕੇ ਲਾਉਣਾ। ਸ਼ੇਰ ਜੀ ਗੁੱਸੇ ਚ ਗੁਰਾਏ, ਤਾਂ ਲੂੰਬੜ ਜੀ ਡਰ ਗਏ, ਠੀਕ ਹੈ ਸਰ, ਸਰ ਜੀ ਜੋ ਹੁਕਮ। ਜਦੋਂ ਲੂੰਬੜ ਬੱਬਰ ਸ਼ੇਰ ਦੀ ਗੁਫਾ ਚੋਂ ਬਾਹਰ ਜਾਣ ਲੱਗਾ, ਤਾਂ ਬੱਬਰ ਸ਼ੇਰ ਨੇ ਪਿੱਛੋਂ ਆਵਾਜ਼ ਮਾਰੀ, ਗੱਲ ਸੁਣ, ਹੁਣ ਤੂੰ ਵੀ ਆਪਣੀ ਗੁਫਾ ਠੀਕ ਕਰਵਾ ਲੈ। ਕਹਿੰਦਾ ਸੀ ਇੱਕ ਹੋਰ ਪੋਰਸ਼ਨ ਬਣਾਉਣਾ, ਉਹ ਬਣਾ ਲੈ, ਇਹ ਵੀ ਮੌਕਾ ਹੀ ਹੁੰਦਾ। ਲੂੰਬੜ ਨੇ ਖੁਸ਼ ਹੁੰਦੇ ਕਿਹਾ, ਬੰਡਲ ਆਫ ਥੈਂਕਸ ਸਰ ਜੀ। ਇਹ ਸੀ ਜੀ ਅੱਜ ਦਾ ਕੰਡੇ ਦਾ ਕੰਡਾ ਜੀ। ਸਰ ਤੁਸੀਂ ਇੱਕ ਬਰਡ ਦੇਖੋ ਨਾ, ਐਂਗ ਦੀ ਬਰਡ, ਗੁੱਸੇ ਚ ਰਹਿੰਦਾ ਉਹ, ਬਿਲਕੁਲ। ਉਹ ਮੈਨੂੰ ਮਿਲਿਆ ਸੀ, ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਉਹ ਤੁਹਾਨੂੰ ਸੁਣਾਉਣੀ ਸੀ ਜੀ। ਐਂਗਰੀ ਬਰਡ ਸੁਣਿਆ, ਗੁੱਸੇ ਵਿਚ ਰਹਿੰਦੇ ਹੋ ਤੁਸੀਂ, ਕਿਉਂ ਹਜ਼ੂਰ ਬਿਆਨ ਸੱਸਿਆ ਕਰੋ 10 ਮਿੰਟ ਜ਼ਰੂਰ। ਐਂਗਰੀ ਬਰਡ ਜੀ ਅੱਗੋਂ ਮੈਨੂੰ ਬੋਲੇ, ਕੰਡਾ ਸਾਹਿਬ ਤੁਸੀਂ ਉਹ ਬੜੇ ਭੋਲੇ, ਇਹ ਜਿਹੜੀ ਸ਼ਕਲ ਮੈਂ ਗੁੱਸੇ ਖੋਰੀ ਬਣਾਈ ਹੈ, ਇਸੇ ਨਾਲ ਮੇਰੇ ਸਾਰੇ ਜਗ ਚ ਚੜਾਈ ਹੈ ਜੀ। ਚੁੰਝ ਮੇਰੀ ਤਿੱਖੀ ਹੈ, ਕਲਗੀ ਵੀ ਲਾਈ ਹੈ, ਰੱਬ ਨੇ ਗੁੱਸੇ ਖੋਰੀ ਸੋਹਣੀ ਸ਼ਕਲ ਬਣਾਈ ਹੈ, ਜਿਵੇਂ ਕੁਦਰਤ ਬਣਾਇਆ ਉਵੇਂ ਰਹਿ ਬੰਦਿਆ, ਐਵੇਂ ਵਾਰ ਵਾਰ ਕੁਦਰਤ ਨਾ ਖਹਿ ਬੰਦਿਆ, ਕੱਟ ਸੱਟ ਜੰਗਲ ਨਾ ਨਹਿਰਾ ਮੋੜਵੇ, ਹੋਟਲ ਕੋਠੀਆਂ ਗੈਸਟ ਹਾਊਸ ਲੈ ਜੂ ਰੋਡਵੇ, ਉੱਤਰਾਖੰਡ ਵਾਲਾ ਟ੍ਰੇਲਰ ਤੂੰ ਵੇਖ ਲਿਆ ਜੀ, ਉੱਤਰਾਖੰਡ ਵਾਲਾ ਟ੍ਰੇਲਰ ਤੂੰ ਵੇਖ ਲਿਆ, ਕੁਦਰਤ ਨੇ ਘੁੰਮ ਕੇ ਪੁੱਲ ਚ ਪੇੜ ਲਗਾਈ। ਇਹ ਸੀ ਐਂਗਰੀ ਬਰਡ ਦਾ ਸੁਨੇਹਾ ਜੀ। ਮੇਰਾ ਮੋਬਾਈਲ ਨੰਬਰ 98557535666, ਈਮੇਲ ਹੈ ASKANDAMOGA@gmail.com।
ਮਿਹਰਬਾਨੀ ਕੰਡਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਡਾਕਟਰ ਅਮਰੀਕ ਸਿੰਘ ਕੰਡਾ, ਹਾਜ਼ਰ ਹੋਏ ਸੀ ਮੋਗਾ ਤੋਂ ਕੰਡੇ ਦਾ ਕੰਡਾ ਲੈ ਕੇ।